ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਆਪਾਂ ਜਿਹੜੀਆਂ ਬੇਨਤੀਆਂ ਅੱਜ ਸਾਂਝੀਆਂ ਕਰਨੀਆਂ ਨੇ ਇਹ ਇੱਕ ਭੈਣਾਵਾਰੇ ਨੇ ਸਾਡੀਆਂ ਮਾਤਾ-ਮਾਂ ਵਾਰੇ ਨੇ ਔਰਤਾਂ ਜ਼ਰੂਰ ਇਹ ਗੱਲ ਧਿਆਨ ਨਾਲ ਸੁਣ ਲੈਣ ਤੇ ਕਿਸ ਤਰ੍ਹਾਂ ਚੁੰਨੀ ਦੇ ਵਿੱਚ ਕੈਂਸਰ ਨੂੰ ਲੁਕਾ ਕੇ ਰੱਖ ਰਹੀਆਂ ਨੇ ਸਾਡੀਆਂ ਭੈਣਾਂ ਸੋ ਇਹ ਜਾਣਕਾਰੀ ਬੜੀ ਇੰਪੋਰਟੈਂਟ ਜਾਣਕਾਰੀ ਹੈ ਇਹ ਜਾਣਕਾਰੀ ਤੁਹਾਡੇ ਲਈ ਹੈ ਹਰ ਇੱਕ ਭੈਣ ਨੂੰ ਮਾਤਾ ਨੂੰ ਇਹ ਜ਼ਰੂਰ ਸੁਣਨਾ ਚਾਹੀਦਾ ਹੈ ਸੋ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਸ਼ਾਇਦ ਕੁਝ ਸੁਣੀਆਂ ਹੋਣਗੀਆਂ ਵੀਡੀਓ ਤੇ ਕੁਝ ਲੋਕਾਂ ਦੇ ਵਿਚਾਰ ਵੀ ਸੁਨੇ ਹੋਣਗੇ ਸ਼ਾਇਦ ਅਜਿਹੇ ਪਲੇਟਫਾਰਮਾਂ ਤੇ ਜਿਹੜੇ ਪਲੇਟਫਾਰਮ ਨੇ ਉਹਨਾਂ ਤੇ ਇਹੋ ਜਿਹੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਤੁਸੀਂ ਸਰਚ ਵੀ ਮਾਰ ਲਿਓ ਮੈਂ ਤੁਹਾਨੂੰ ਕੁਲਵੰਤ ਸਿੰਘ ਢਾਲੀਵਾਲ ਜਿਹੜੇ ਕੈਂਸਰ ਸਪੈਸ਼ਲਿਸਟ ਨੇ ਪ੍ਰਮਾਤਮਾ ਕਰੇ ਇਹੋ ਜੀ ਬਿਮਾਰੀ ਕਿਸੇ ਨੂੰ ਹੋ ਵੀ ਨਾ ਵੈਸੇ ਤਾਂ ਪੰਜਾਬ ਦੇ ਵਿੱਚ ਇਹਦਾ ਨਾਮ ਵੀ ਨਹੀਂ ਲਿਆ ਜਾਂਦਾ ਕਹਿੰਦੇ ਦੂਜਾ ਹੋ ਗਿਆ ਇਦਾਂ ਹੀ ਸ਼ਬਦ ਵਰਤਿਆ ਜਾਂਦਾ ਇਹਦਾ ਨਾਮ ਨਹੀਂ ਕਹਿੰਦੇ ਬੜਾ ਅਪਸ਼ਾਗਨ ਹੈ ਜੀ ਜਿਹਦਾ ਨਾਮ ਲੈ ਲਿਆ ਹਾਲਾਂਕਿ ਇਦਾਂ ਨਾਮ ਲੈਣ ਦੇ ਨਾਲ ਕੁਝ ਨਹੀਂ ਹੁੰਦਾ ਪਿਆਰਿਓ ਤੇ ਇਹ ਸਭ ਚੀਜ਼ਾਂ ਕੁਝ ਸਾਡੀਆਂ ਅਣਗੈਲੀਆਂ ਦੀ ਜਿਹੜੀ ਪਹਿਚਾਣ ਹੈ ਸਾਡੀਆਂ ਅਣਗੈਲੀਆਂ ਕਰਕੇ ਸਹੀ ਦੇਖ ਰੇਖ ਨਾ ਕਰਕੇ ਇਹ ਚੀਜ਼ਾਂ ਵਾਪਰਦੀਆਂ ਨੇ ਉਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ ਤਾਂ ਤੇ ਸਾਡੀਆਂ ਮਾਤਾਵਾਂ ਭੈਣਾਂ ਖਾਸ ਕਰਕੇ ਕਿਉਂਕਿ ਔਰਤਾਂ ਨੂੰ ਖਾਸ ਕਰਕੇ ਇਹ ਦਿੱਕਤ ਇਹ ਪਰੇਸ਼ਾਨੀ ਜਿਹੜੀ ਹੈ ਉਹ ਆਉਂਦੀ ਹੈ ਇਹ ਦਿੱਕਤ ਪਰੇਸ਼ਾਨੀ ਜੋ ਕੈਂਸਰ ਹੈ ਨਾ ਛਾਤੀ ਦਾ ਕੈਂਸਰ ਪਤਾ ਨਹੀਂ ਕਿਹੜੇ-ਕਿਹੜੇ ਹੋਰ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਨੂੰ ਵੀ ਜ਼ਰੂਰ ਆਉਂਦੀਆਂ ਨੇ ਜਿਹੜੇ ਸਭ ਤੋਂ ਵੱਧ ਅੰਕੜੇ ਨੇ ਉਹ ਔਰਤਾਂ ਦੇ ਹੀ ਨੇ ਜਿਨ੍ਹਾਂ ਨੂੰ ਇਹ ਸਭ ਤੋਂ ਵੱਧ ਬਿਮਾਰੀਆਂ ਹੋਈਆਂ ਨੇ ਸਭ ਤੋਂ ਵੱਧ ਜਿਨ੍ਹਾਂ ਮਾਤਾ-ਮਾਵਾਂ ਨੂੰ ਭੈਣਾਂ ਨੂੰ ਇਹ ਚੀਜ਼ਾਂ ਹੋਈਆਂ ਨੇ ਮੈਂ ਇਸ ਕਰਕੇ ਆਪ ਜੀ ਦਾ ਧਿਆਨ ਦਿਵਾ ਰਿਹਾ ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਹੋਵੇ ਇਸ ਚੀਜ਼ ਬਾਰੇ ਸਾਨੂੰ ਥੋੜੀ ਜੀ ਨੌਲੇਜ ਹੋਵੇ ਤਾਂ ਕਰਕੇ ਸਾਡੀਆਂ ਮਾਤਾਵਾਂ ਭੈਣਾਂ ਇਸ ਗੱਲ ਦਾ ਖਾਸ ਧਿਆਨ ਰੱਖਣ ਕਿਉਂਕਿ ਜਦੋਂ ਵੀ ਅਸੀਂ ਇਸ਼ਨਾਨ ਕਰਨਾ ਹੈ ਤੇ ਸਾਡੇ ਸਰੀਰ ਤੇ ਕਿਤੇ ਵੀ ਅਸੀਂ ਧਿਆਨ ਮਾਰਨੇ ਜੇ ਕਿਤੇ ਗੰਡ ਰੂਪ ਸਾਨੂੰ ਦਿਖਦਾ ਹੈ ਨਾ ਇਹ ਜਾਣਕਾਰੀ ਹੈ ਇਹਦੇ ਵਿੱਚ ਦੰਦ ਕੱਢਣ ਵਾਲੀ ਕੋਈ ਗੱਲ ਨਹੀਂ ਉਹ ਸਾਡੀਆਂ ਕੁਝ ਗਲਤੀਆਂ ਕਰਕੇ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਨੇ ਮੈਂ ਫੇਰ ਬੇਨਤੀ ਕਰਦੇ ਆ ਕਿ ਸਾਡੀਆਂ ਭੈਣਾਂ ਨੂੰ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਹੈ ਮੈਂ ਅਕਸਰ ਹੀ ਬੇਨਤੀਆਂ ਕਰਦਾ ਹਾਂ ਵੀ ਆਪਣਾ ਧਿਆਨ ਖੁਦ ਰੱਖੋ ਬਾਅਦ ਚ ਫਿਰ ਰੱਬ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਰੱਬ ਨੂੰ ਦੋਸ਼ ਦਈਏ ਅਸੀਂ ਕਹੀਏ ਜੀ ਵੀ ਐਂ ਕਰਤਾ ਪਰਮਾਤਮਾ ਨੇ ਕੁਝ ਸੋਚਿਆ ਨਹੀਂ ਤੇ ਉਹਨੇ ਸਾਡੇ ਅੱਖਾਂ ਦਿੱਤੀਆਂ ਨੇ ਸਾਨੂੰ ਸੋਚ ਦਿੱਤੀ ਹੈ ਸਾਨੂੰ ਸਤ ਬੁੱਧੀ ਦਿੱਤੀ ਹੈ ਇਹਦੇ ਨਾਲ ਜੇ ਅਸੀਂ ਸੋਚਾਂਗੇ ਨਹੀਂ ਫਿਰ ਕੋਈ ਫਾਇਦਾ ਨਹੀਂ ਹੈਗਾ ਮੈਂ ਸਿੱਧੀਆਂ ਤੇ ਸਪਸ਼ਟੀਆਂ ਬੇਨਤੀਆਂ ਕਰ ਦਣਾ ਜਿੱਥੇ ਵੀ ਸਾਨੂੰ ਸ਼ਰੀਰ ਤੇ ਕਿਤੇ ਕੋਈ ਗੰਡ ਰੂਪ ਲੱਗੇ ਕਿਤੇ ਵੀ ਸਾਨੂੰ ਲੱਗੇ ਵੀ ਥੋੜਾ ਜਿਹਾ ਕੋਈ ਮਾਸ ਇਕੱਠਾ ਹੋਇਆ ਜਾਂ ਸਵੇਲਿੰਗ ਹੋਈ ਹੈ ਆਪਣੇ ਡਾਕਟਰ ਦੀ ਜਾ ਕੇ ਤੁਰੰਤ ਸਲਾਹ ਲਓ ਵੇਖੋ ਕਿਤੇ ਅਸੀਂ ਅੰਗੈਲੀ ਦੇ ਵਿੱਚ ਰਹਿ ਜਾਈਏ ਸ਼ਾਇਦ ਕਿਤੇ ਕੋਈ ਅਜਿਹੀ ਘਟਨਾ ਨਾ ਵਾਪਰ ਜੇ ਲਾ ਇਲਾਜ ਕੋਈ ਬਿਮਾਰੀ ਨਾ ਲੱਗ ਰੇ ਹਾਲਾਂਕਿ ਕੈਂਸਰ ਨੂੰ ਲਾ ਇਲਾਜ ਸਮਝਿਆ ਜਾਂਦਾ ਪਰ ਮੈਂ ਬੇਨਤੀ ਇਹ ਕਰਦਾ ਵੀ ਕੈਂਸਰ ਲਾ ਇਲਾਜ ਨਹੀਂ ਹੈਗਾ ਕੈਂਸਰ ਜਿਹੜਾ ਹੈ ਉਹ ਲਾ ਇਲਾਜ ਨਹੀਂ ਹੈਗਾ ਜੇਕਰ ਛੇਤੀ ਲੱਭਿਆ ਜਾਵੇ ਤਾਂ ਉਹਦਾ ਇਲਾਜ ਹੈ ਉਹਦਾ ਇਲਾਜ ਜਿਹੜਾ ਹੈ ਮੈਡੀਕਲ ਨੇ ਲੱਭ ਲਿਆ ਹੈ ਪਰ ਲੋਕ ਸਾਡੇ ਕਹਿੰਦੇ ਜੀ ਮਹਿੰਗਾ ਜੀ ਆਇਆ ਪਰ ਜੇ ਛੇਤੀ ਲੱਭ ਲਿਆ ਜਾਏ ਉਹਦਾ ਕੋਈ ਸਾਨੂੰ ਇਹ ਨਹੀਂ ਹੈਗਾ ਬਿਲਕੁਲ ਸਾਡੇ ਲੋਕ ਮੌਤ ਨੂੰ ਖੁਦ ਸੱਦਾ ਦਿੰਦੇ ਆ ਕੁਝ ਲੋਕ ਹੁਣ दारू ਤੇ ਲਿਖਿਆ ਹੋਇਆ ਵੀ ਹਾਨੀਕਾਰਕ ਲੋਕ ਪੀਂਦੇ ਨੇ ਤਮਾਕੂ ਦੀ ਪੁੜੀ ਤੇ ਲਿਖਿਆ ਹੋਇਆ ਵੀ ਹਾਨੀਕਾਰਕ ਲੋਕ ਖਾਂਦੇ ਨੇ ਤੇ ਕਿੰਨੀਆਂ ਚੀਜ਼ਾਂ ਨੇ ਕਿੰਨੀਆਂ ਬੀੜੀਆਂ ਸਰਗਟਾਂ ਲੋਕ ਪੀਂਦੇ ਨੇ ਨਾਲੇ ਪਤਾ ਵੀ ਇਹਦੇ ਨਾਲ ਜਿਹੜੇ ਨੇ ਕੈਂਸਰ ਵਰਗੇ ਰੋਗ ਹੁੰਦੇ ਨੇ ਕਿੰਨੀਆਂ ਚੀਜ਼ਾਂ ਹੁੰਦੀਆਂ ਪਰ ਲੋਕ ਸਾਡੇ ਹਟਦੇ ਨਹੀਂ ਕੀ ਕਰੀਏ ਆਪਣੇ ਆਪ ਨੂੰ ਗਾਲਣ ਦੇ ਵਿੱਚ ਆਪਣੇ ਆਪ ਨੂੰ ਮੌਤ ਵੱਲ ਲੈ ਕੇ ਜਾਣ ਦੇ ਵਿੱਚ ਸਭ ਤੋਂ ਵੱਧ ਰੋਗ ਰੋਲ ਜਿਹੜਾ ਪਲੇ ਹੈ ਸਾਡੇ ਲੋਕ ਕਰਦੇ ਨੇ ਤੇ ਦੋਸ਼ ਅਸੀਂ ਪ੍ਰਮਾਤਮਾ ਨੂੰ ਦੰਦੇ ਆ ਉਹਦੇ ਵਿੱਚ ਕੁਝ ਨਹੀਂ ਹੈਗਾ ਪ੍ਰਮਾਤਮਾ ਦਾ ਕੋਈ ਦੋਸ਼ ਨਹੀਂ ਹੈਗਾ ਅਸੀਂ ਰੱਬ ਨੂੰ ਦੋਸ਼ ਦੇਈ ਜਾਈਏ ਨਹੀਂ ਨਹੀਂ ਕੁਲਵੰਤ ਸਿੰਘ ਢਾਲੀਵਾਲ ਇੱਕ ਡਾਕਟਰ ਨੇ ਅਵੇਅਰਨੈਸ ਉਹ ਫੀਲ ਕਰਾਉਂਦੇ ਨੇ ਬੰਦੇ ਨੂੰ ਲੀਵਰ ਕੈਂਸਰ ਬਿਗਾਰਾ ਬ੍ਰੈਸਟ ਕੈਂਸਰ ਹੋਰ ਮਤਲਬ ਇਹੋ ਜੀਆਂ ਚੀਜ਼ਾਂ ਉਹ ਫ੍ਰੀ ਇਲਾਜ ਕਰਦੇ ਨੇ ਜੀ ਤੇ ਸਾਡੀਆਂ ਮਾਤਾਵਾਂ ਭੈਣਾਂ ਨੂੰ ਉਹ ਖਾਸ ਤੌਰ ਤੇ ਬੇਨਤੀਆਂ ਕਰਦੇ ਵੀ ਜਿਹੜੀਆਂ ਮਾਤਾਵਾਂ ਭੈਣਾਂ ਸਾਡੀਆਂ ਛਾਤੀ ਹੈ ਨਾ ਛਾਤੀ ਦੇ ਵਿੱਚ ਖਾਸ ਕਰਕੇ ਇਹ ਚੀਜ਼ ਉਤਪੰਨ ਹੁੰਦੀ ਹੈ ਸੋ ਜਿੱਥੇ ਕਿਤੇ ਸਾਨੂੰ ਲੱਗੇ ਵੀ ਸ਼ਾਇਦ ਕਿਤੇ ਕੋਈ ਇਹੋ ਜਿਹੀ ਪ੍ਰੋਬਲਮ ਹੈ ਗੰਡ ਬਣਦੀ ਹੈ ਕੁਝ ਵੀ ਹੈ ਤਾਂ ਜਾ ਕੇ ਡਾਕਟਰ ਦੀ ਸਲਾਹ ਲਓ ਜੇ ਕੋਈ ਪਰਿਵਾਰ ਸਮਰੱਥ ਹੈ ਆਪਣਾ ਇਲਾਜ ਨਹੀਂ ਕਰਵਾ ਸਕਦਾ ਤੇ ਉਹ ਕੁਲਵੰਤ ਸਿੰਘ ਢਾਲੀਵਾਲ ਉਹਨਾਂ ਕੋਲੇ ਜਾਵੇ ਜੋ ਕੈਂਸਰ ਸਪੈਸ਼ਲਿਸਟ ਨੇ ਉਹ ਫ੍ਰੀ ਇਲਾਜ ਵੀ ਕਰਦੇ ਨੇ ਜੀ ਮੈਂ ਉਹਨੂੰ ਵੇਖਿਆ ਉਹਨਾਂ ਨੂੰ ਫ੍ਰੀ ਇਲਾਜ ਵੀ ਕਰਦੇ ਨੇ ਕੁਲਵੰਤ ਸਿੰਘ ਢਾਲੀਵਾਲ ਉਹਨਾਂ ਦਾ ਤੁਸੀਂ ਪੇਜ ਵੀ ਖੋਲ ਕੇ ਵੇਖ ਸਕਦੇ ਹੋ ਤੇ ਪਿਛਲੇ ਦਿਨ ਸਾਡੇ ਵੀਰ ਸਿਮਰਨ ਜੋਤ ਸਿੰਘ ਮੱਕੜ ਉਹਨਾਂ ਨੇ ਵੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਸਾਰੀਆਂ ਗੱਲਾਂ ਸੋਚੀਆਂ ਨੇ ਕਿ ਇਹ ਜਿਹੜਾ ਛਾਤੀ ਵਾਲਾ ਦੁੱਧ ਹੈ ਨਾ ਸਾਡੀਆਂ ਭੈਣਾਂ ਦਾ ਇਹ ਦੁੱਧ ਇਹ ਨਾ ਸੋਚੋ ਵੀ ਡੈਰੀਆਂ ਚ ਪਾ ਦिए ਗੱਲ ਅਜੀਬ ਲੱਗਦੀ ਹੈ ਨਾ ਸੁਣੀ ਕਰਕੇ ਕਿਉਂਕਿ ਮੈਂ ਬਹੁਤ ਬੜੀ ਸੁਣਿਆ ਸਾਡੀਆਂ ਭੈਣਾਂ ਇਦਾਂ ਕਰਦੀਆਂ ਨੇ ਉਸ ਦੁੱਧ ਨੂੰ ਜਾਂ ਤੇ ਡੋਲ ਦਿੰਦੀਆਂ ਨੇ ਬੱਚੇ ਨੂੰ ਨਾ ਪਿਉਣ ਦਾ ਕੋਈ ਜ਼ਰੀਆ ਹੁੰਦਾ ਹੈ ਕੋਈ ਚਲੋ ਇਹ ਜੀ ਪੋਜੀਸ਼ਨ ਹੁੰਦੀ ਹੈ ਦੇ ਕਈ ਵਾਰੀ ਘਰ ਦੇ ਗੁੱਸੇ ਗਲੇ ਹੁੰਦੇ ਨੇ ਬੱਚੇ ਨੂੰ ਦੁੱਧ ਨਹੀਂ ਪਿਉਣਾ ਜੀ ਜੇ ਨਹੀਂ ਕਰਨਾ ਤੇ ਉਹ ਦੁੱਧ ਨੂੰ ਨਾ ਉਹ ਜਾਤਾ ਡੋਲ ਦਿੰਦੀਆਂ ਨੇ ਜਾਂ ਫਿਰ ਛਾਤੀ ਤੇ ਦੁੱਧ ਨੂੰ ਉਹ ਕੱਢ ਕੇ ਡੈਰੀ ਚ ਪਾ ਦਿੰਦੀਆਂ ਨੇ ਉਹ ਚੀਜ਼ਾਂ ਗਲਤ ਨੇ ਬਹੁਤ ਜ਼ਿਆਦਾ ਗਲਤ ਨੇ ਆਖਰ ਉਸ ਦੇ ਨਾਲ ਅੱਗੇ ਜਿਹੜੀਆਂ ਬਿਮਾਰੀਆਂ ਫੈਲਰਦੀਆਂ ਨੇ ਫਿਰ ਉਹ ਉਹਦਾ ਕੋਈ ਤੋੜ ਨਹੀਂ ਹੈਗਾ ਉਹਦਾ ਕੋਈ ਹੋ ਨਹੀਂ ਜੇ ਸਾਨੂੰ ਕੋਈ ਬਿਮਾਰੀ ਹੈ ਤਾਂ ਫਿਰ ਦੂਜੇ ਨੂੰ ਲੱਗੇਗੀ ਤੇ ਤੀਜੇ ਨੂੰ ਚੌਥੇ ਨੂੰ ਪੂਰੀ ਇਫੈਕਟਡ ਹੋ ਜਾਣੀ ਹੈ ਦੁਨੀਆ ਇਹ ਗੱਲ ਯਾਦ ਰੱਖਿਓ ਮੈਂ ਤਾਂ ਕਰਕੇ ਬੇਨਤੀਆਂ ਕੀਤੀਆਂ ਨੇ ਵੀ ਸਾਡੀਆਂ ਭੈਣਾਂ ਨੂੰ ਖੁਦ ਧਿਆਨ ਦੇਣ ਦੀ ਲੋੜ ਹੈ ਸਾਡੇ ਬੰਦਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਹਮੇਸ਼ਾ ਚ ਜਿੱਥੇ ਕਿਤੇ ਲੱਗਦਾ ਹੈ ਸਰੀਰ ਦੇ ਵਿੱਚ ਸਾਡੇ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਤੇ ਉਥੇ ਸਾਨੂੰ ਆਪ ਖੁਦ ਜਾ ਕੇ ਸਲਾਹ ਲੈਣੀ ਚਾਹੀਦੀ ਹੈ ਸਾਨੂੰ ਖੁਦ ਜਾ ਕੇ ਇਲਾਜ ਸਲਾਹ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ ਬਿਲਕੁਲ ਸਾਡੇ ਲੋਕਾਂ ਦੇ ਵਿੱਚ ਇਹ ਗੱਲ ਦੀ ਬਹੁਤ ਘਾਟ ਹੈ ਸਾਡੇ ਲੋਕ इजीली ਲੈ ਜਾਂਦੇ ਨੇ ਕੋਈ ਨਹੀਂ ਐਦਾਂ ਥੋੜੀ ਕੁਝ ਹੁੰਦਾ ਹੈ ਕੋਈ ਚੱਕਰ ਹੀ ਨਹੀਂ ਇਹ ਤਾਂ ਕੋਈ ਗੱਲ ਹੀ ਨਹੀਂ ਕੋਈ ਵੱਡੀ ਗੱਲ ਨਹੀਂ ਹੈ ਕਿ ਸਾਡੇ ਲੋਕ ਇਹ ਇਹ ਚੀਜ਼ਾਂ 'ਚ ਜ਼ਿਆਦਾ ਧਿਆਨ ਦਿੰਦੇ ਨੇ ਹਾਲਾਂਕਿ ਜਿੱਥੇ ਅਸੀਂ ਗੁਰਮਤਿ ਦੀ ਗੁਰਬਾਣੀ ਦੀ ਗੱਲ ਕਰਦੇ ਆ ਉੱਥੇ ਲੋਕਾਂ ਦੇ ਅਵੇਅਰਨੈਸ ਦੀ ਉੱਥੇ ਲੋਕਾਂ ਦੀ ਸਿਹਤ ਬਾਰੇ ਗੱਲ ਕਰਨਾ ਸੰਗਤ ਨੂੰ ਸੱਚ ਬਾਰੇ ਦੱਸਣਾ ਇਹ ਵੀ ਸਾਡੀ ਡਿਊਟੀ ਬਣਦੀ ਹੈ ਜੇ ਅਸੀਂ ਨਹੀਂ ਦਵਾਂਗੇ ਜਾਣਕਾਰੀ ਤਾਂ ਅਸੀਂ ਗੁਰੂ ਦੇ ਦੇਣਦਾਰ ਹੋਵਾਂਗੇ ਇਸ ਕਰਕੇ ਮੈਂ ਚੀਜ਼ਾਂ ਕੋ ਸਾਂਝੀਆਂ ਕੀਤੀਆਂ ਵੀ ਸਾਡੀਆਂ ਮਾਤਾਵਾਂ ਭੈਣਾਂ ਸਾਡੇ ਵੀਰ ਬਜ਼ੁਰਗ ਆਖਰ ਆਪਣੇ ਸਰੀਰ ਦਾ ਖਾਸ ਕਰਕੇ ਧਿਆਨ ਰੱਖਣ ਜਿੱਥੇ ਕਿਤੇ ਵੀ ਇਹ ਪ੍ਰੋਬਲਮ ਲੱਗਦੀ ਹੈ ਨਾ ਤੇ ਆਪਣੇ ਡਾਕਟਰ ਨੂੰ ਜਾ ਕੇ ਜਰੂਰ ਦਿਖਾਓ ਉਹਦੇ ਨੂੰ ਹਲਕੇ ਚ ਨਾ ਲਓ ਵੀ ਹਾਂਜੀ ਕੋਈ ਗੱਲ ਨਹੀਂ ਐ ਥੋੜੀ ਹੁੰਦੀ ਹੈ ਕੱਲ ਨੂੰ ਕੋਈ ਵੱਡੀ ਬਿਮਾਰੀ ਬਣ ਜਾਏ ਤੇ ਉਹਦਾ ਆਪ ਰੱਬ ਨੂੰ ਦੋਸ਼ ਡਈਏ ਫਿਰ ਰੱਬ ਦਾ ਕਸੂਰ ਨਹੀਂ ਜੇ ਅਸੀਂ ਆਪ ਹੀ ਧਿਆਨ ਨਹੀਂ ਦਿੰਦਾ ਇਸ ਕਰਕੇ ਮੈਂ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ